special minerals that have been dissolved in water. मैं कैसर सलीम और ये मेरा चैनल, इसे सब्सक्राइब करिए और नई नई वीडियोस को देखने का मौका हासिल कीजिए। आज मैं आपको दिखाऊंगा कि एक बकरी किस तरह से नमक खाने के लिए इस हद तक जा सकती है। आपको पता चलेगा कि इंसान में अगर हिम्मत हो तो वो अपनी मंजिल को पाने के लिए किसी जगह भी पहुंच सकता है। आइए हम आपको दिखाते हैं इस वीडियो में कि एक बकरी नमक खाने के लिए कहां तक पहुंच गई। ओए मैं चलना आज नमक खान, मैनू वेखो, मैं नहीं मुड़ना, आज मैं नमक खा के मुड़ांगा, मेरे इरादे ते मेरे जज्बे बहुत मजबूत ने। अख लाल रहिंदी आ इन्नी उत्ते जाके ਉਹ ਡਿੱਗ ਵੀ ਸਕਦਾ ਸੀ ਪਰ ਅਸੀਂ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਮੁੜਿਆ। ਮੈਨੂੰ ਨਹੀਂ ਲੱਗਦਾ ਉਹਨੂੰ ਕਦੇ ਵਾਪਸ ਆਏਗਾ। ਮੈਨੂੰ ਲੱਗਦਾ ਹੈ ਮੈਂ ਤੈਨੂੰ ਵਾਪਸ ਆ ਕੇ ਵਿਖਾਵਾਂਗਾ। ਐ ਲੈ ਆ ਪੁੱਤਰ ਉੱਤੇ ਚੜ੍ਹਦਾ ਪਿਆ, ਐਵੇਂ ਬਿੱਲੋ ਦੇ ਠੁਪਕੇ ਚੈੱਕ ਕਰ। ਸੁਣਾ ਵੇਖ ਰਿਹਾ ਨਾ ਫਿਰ ਕਿਵੇਂ ਜਿੰਜ ਛਾਲਾ ਮਾਰ ਬਾਗ ਆਈ ਹੋਈ ਹਾਂ ਮੈਂ। ਐਵੇਂ ਤੂੰ ਵੀ ਆ ਜਾ, ਮੈਨੂੰ ਵੀ ਲਾਇਓ, ਮੈਨੂੰ ਖੁਰਕ ਹੋਈ ਹੈ। ਮੈਂ ਇਹਨਾਂ ਨੂੰ ਦੂਰ ਖਲੋ ਕੇ ਵੇਖ ਰਿਹਾ ਸੀ। ਮੈਨੂੰ ਕਨਫਰਮ ਸੀ ਇਹਨਾਂ ਦੀ ਲੱਤ ਬਾਂਹ ਟੁੱਟ ਜਾਏਗੀ ਪਰ ਉਹਨਾਂ ਬਗੈਰਤਾਂ ਨੂੰ ਕੋਈ ਫਿਕਰ ਨਹੀਂ ਸੀ। ਓਏ ਉਹ ਧਿਆਨ ਨਾਲ, ਓਏ ਰੱਸੀ ਨਹੀਂ ਲਿਆਇਆ, ਭੁੱਲ ਗਿਆ ਮੈਂ। ਚੱਲ ਵੇ ਰਹਿੰਜ ਆਇਆ, ਚੱਲ ਆਇਸ਼ਾ ਵੈਸ਼ੇ ਉੱਤੇ ਪੌੜੀਆਂ ਹੀ ਲਵਾ ਦਿਓ। ਚੜ ਰਹੇ ਬਸ ਥੋੜ੍ਹਾ ਹੀ ਹੈ, ਮੈਨੂੰ ਲੱਗਦਾ ਉੱਥੇ ਪਹੁੰਚਦੇ ਨਮਕ ਜਿਹੜਾ ਉਹ ਮੁੱਕ ਜਾਣਾ। ਇਹ ਮੈਂ ਡਿੱਗਣ ਲੱਗਾ। ਓਏ ਓਏ ਬਚਾ ਲਓ, ਓਏ ਆਲਾ ਬਚਾ ਲਿਆ, ਕਈ ਦਫਾ ਨਹੀਂ ਆਵਾਂਗਾ, ਓਏ ਆਲਾ ਬਚਾ ਲੈ। ਐ ਲੈ ਕੇਂਗਰੂ ਬਣ ਗਿਆ ਜੀ, ਐ ਹੁਣ ਰਿਵਰਸ ਗੇਅਰ ਨਾਲ ਆ ਲਈ। ਆਹੋ ਜਾਣ ਦੇ, ਆਹੋ ਪਿੱਛੇ ਖੰਭਾ ਹੀ ਧਿਆਨ ਨਾ। ਉਹ ਭਾਈ ਉਹ ਮੁੜ ਜਾ, ਓਏ ਕਿੱਥੇ, ਉਹ ਤੈਨੂੰ ਮੈਂ ਮਨਾ ਕੀਤਾ ਸੀ ਨਾ ਜੀ। ਮੈਂ ਵੀ ਆਉਣਾ, ਮੈਂ ਵੀ ਨਮਕ ਖਾਣਾ ਜੀ। ਤੁਹਾਡੀ ਮੀਤਿਆ ਜੇ ਤੂੰ ਡਿੱਗ ਗਿਆ ਨਾ ਤਾਂ ਤੇਰਾ ਕੁਛ ਨਹੀਂ ਬਚਣਾ। ਜਾ ਪੁੱਤ ਚਲਾ ਜਾ ਵਾਪਸ, ਤੂੰ ਤੈਨੂੰ ਜੇ ਕੁਛ ਹੋ ਗਿਆ ਤਾਂ ਤੇਰੇ ਪਿਓ ਦਾ ਖਿਆਲ ਕੌਣ ਰੱਖੂਗਾ। ਓਏ ਉਹ ਮੀਦਾ ਪਹੁੰਚ ਗਈ ਨਮਕ ਖਾਣ ਵਾਸਤੇ। ਓਏ ਐ ਵੇ ਐ ਐ ਐ ਮਿਠਾਈ ਮਿਠਾਈ, ਐ ਐ ਲੂਣਾਈ ਲੂਣਾਈ, ਐ ਥੋੜ੍ਹੇ ਜਿਹੇ ਛਾਪਰ 'ਚ ਪਾ ਲਵਾਂਗਾ, ਦਵਾਣਿਆਂ 'ਤੇ ਲਾ ਕੇ ਖਾਵਾਂਗਾ। ਐ ਆ ਜਾ ਮੇਰਾ ਬੇਟਾ, ਆ ਜਾ ਤੂੰ ਵੀ ਪਹੁੰਚਣ ਵਾਲੇ ਹੀ ਆ। ਅਤੇ ਨਾਜ਼ਰੀਨ ਤੁਸੀਂ ਦੇਖਿਆ ਨਮਕ ਖਾਣ ਵਾਸਤੇ ਇਹ ਕੌਮ ਕਿਸ ਹੱਦ ਤੱਕ ਜਾ ਸਕਦੀ ਹੈ ਅਤੇ ਕੀ ਕੁਛ ਕਰ ਸਕਦੀ ਹੈ ਇਹ ਕੌਮ। ਇਹ ਬੱਕਰੀਆਂ ਤੁਹਾਨੂੰ ਜਿੱਥੇ ਵੀ ਮਿਲੇ ਨੇ ਇਹਨਾਂ ਤੋਂ ਬਚ ਕੇ ਰਹਿਣਾ, ਇਹ ਕੱਪੜਿਆਂ ਤੋਂ ਵੀ ਪਸੀਨੇ ਦਾ ਨਮਕ ਚੱਟ ਲੈਂਦੀਆਂ ਨੇ। ਧਿਆਨ ਕਰਿਆ ਕਰਿਓ ਅਤੇ ਆਪਣਾ ਖਿਆਲ ਰੱਖਣਾ, ਅਗਲੀ ਵੀਡੀਓ ਦਾ ਇੰਤਜ਼ਾਰ ਕਰਨਾ। ਮੈਂ ਤੁਹਾਡੇ ਨਾਲ ਰਹਾਂਗਾ, ਤੁਹਾਡਾ ਹੋਸਟ ਕੈਸਰ ਸਲੀਮ, ਬਾਜਵਾ ਜੰਜੂਆ, ਬੱਕਰੀਆਂ ਵਾਲਾ। ਅੱਲਾ ਹਾਫਿਜ਼।